ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਬਠਿੰਡਾ ਦੇ ਮਾਡਲ ਟਾਊਨ ਫੇਸ ਵਨ ਚ ਮੌਜੂਦ ਹੈ, ਜਿੱਥੇ ਇੱਕ ਲੇਡੀਜ਼ ਵੱਲੋਂ ਗੋਲ ਗੱਪਿਆਂ ਦੀ ਜਿਹੜੀ ਰੇਡੀ ਲਗਾਈ ਗਈ ਹੈ, ਸਾਡੇ ਨਾਲ ਉਹ ਲੇਡੀਜ਼ ਮੌਜੂਦ ਨੇ, ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ? ਰਮਨ ਜੀ। ਰਮਨ ਜੀ, ਗੋਲ ਗੱਪਿਆਂ ਦੀ ਰੇਡੀ ਲਗਾਈ ਹੈ, ਕੀ ਸੋਚ ਕੇ? ਐਕਚੁਅਲੀ ਸਰ, ਸਾਡਾ ਪਹਿਲਾ ਮਤਲਬ ਸੀਗਾ ਰੈਸਟੋਰੈਂਟ ਸੀਗਾ, ਕਰੋਨਾ ਟਾਈਮ ਉਹ ਕਾਫੀ ਲੌਸ ਹੋ ਗਿਆ, ਫਿਰ ਇਸ ਤੋਂ ਬਾਅਦ ਅਸੀਂ ਮਤਲਬ ਰੇਡੀ ਬਾਰੇ ਸੋਚਿਆ ਔਰ ਰੇਡੀ ਲਗਾਈ ਹੈ ਜੀ। ਬਠਿੰਡਾ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ? ਫਿਲਹਾਲ ਵੀਡੀਓ ਤੋਂ ਬਾਅਦ ਬਹੁਤ ਵਧੀਆ ਰਿਸਪੌਂਸ ਆ ਰਿਹਾ, ਜਿਹੜੇ ਤੁਸੀਂ ਪਹਿਲਾਂ ਵੀਡੀਓ ਦੇਖੀ ਉਸ ਤੋਂ ਬਾਅਦ ਮਤਲਬ ਠੀਕ ਹੈ, ਗੁੱਡ ਹੈਗਾ ਜੀ। ਕਿਸ ਤਰ੍ਹਾਂ ਦੇ ਗੋਲ ਗੱਪੇ ਤੁਹਾਡੇ ਕੋਲ, ਜਿਵੇਂ ਸੂਜੀ ਵਾਲੇ ਹੁੰਦੇ, ਆਟੇ ਵਾਲੇ ਹੁੰਦੇ, ਕਿਸ ਤਰ੍ਹਾਂ ਦੀ ਵੈਰਾਈਟੀ ਰੱਖੀ ਹੋਈ ਹੈ? ਇਹ ਆਪਣੇ ਕੋਲ ਹੈਗੇ ਜੀ ਸੂਜੀ ਵਾਲੇ ਗੋਲ ਗੱਪੇ ਹੈਗੇ, ਆਟੇ ਵਾਲੇ ਗੋਲ ਗੱਪੇ ਆ, ਔਰ ਮੈਕਸਿਮਮ ਇੱਕ ਜਿਹੜਾ ਆਪਣਾ ਥੀਮ ਰੱਖਿਆ ਹੋਇਆ ਜੀ ਇੱਥੇ, ਮਤਲਬ ਅਸੀਂ ਕੋਈ ਵੀ ਮਤਲਬ ਕੋਈ ਕੈਮੀਕਲ ਯੂਜ਼ ਨਹੀਂ ਕਰਦੇ ਹੈਗੇ, ਇਹਦੇ ਚ ਖੜੇ ਮਸਾਲੇ ਮਿਲਣਗੇ, ਜਿਵੇਂ ਤੁਹਾਨੂੰ ਹੀਂਗ ਹੋ ਗਈ ਹੈਗੀ, ਧਨੀਆ ਹੋ ਗਿਆ ਹੈਗਾ, ਸੌਂਫ ਹੋ ਗਈ ਹੈਗੀ, ਦਾਲਚੀਨੀ ਹੋ ਗਈ, ਏਦਾਂ ਦੇ ਮਤਲਬ ਤੁਹਾਨੂੰ ਖੜੇ ਮਸਾਲੇ ਮਿਲਣਗੇ ਹੈਗੇ ਹਰ ਇੱਕ ਪ੍ਰੋਡਕਟ ਵਿੱਚ, ਔਰ ਲਾਲ ਮਿਰਚ ਬਿਲਕੁਲ ਯੂਜ਼ ਨਹੀਂ ਕਰਦੇ, ਆਰੂ ਪਾਣੀ ਯੂਜ਼ ਕਰਦੇ। ਅੱਛਾ, ਜੇ ਗੱਲ ਕਰੀਏ ਘਰੇ ਫੈਮਿਲੀ ਚ ਕੌਣ-ਕੌਣ ਹੈ ਤੁਹਾਡੇ? ਫੈਮਿਲੀ ਦੇ ਵਿੱਚ ਮੇਰੇ ਜੀ ਮਤਲਬ ਅਸੀਂ ਇਸ ਟਾਈਮ ਤਾਂ ਮਤਲਬ ਇੱਥੇ ਤਾਂ ਮਤਲਬ ਮੇਰੇ ਹਸਬੈਂਡ ਔਰ ਮੈਂ ਔਰ ਮੇਰਾ ਛੋਟਾ ਬ੍ਰਦਰ ਰਹਿ ਰਹੇ ਹਾਂ ਜੀ। ਤੁਸੀਂ ਰੈਸਟੋਰੈਂਟ ਦੀ ਗੱਲ ਕੀਤੀ ਵੀ ਸਾਡਾ ਰੈਸਟੋਰੈਂਟ ਲੋਕਡਾਊਨ ਦੌਰਾਨ ਮਤਲਬ ਕਿ ਲੌਸ ਹੋ ਗਿਆ ਸੀਗਾ, ਕੀ ਕਹਿਣਾ ਚਾਹੋਗੇ? ਜਦੋਂ ਮਤਲਬ ਸਾਡਾ ਇਹ ਕਰੋਨਾ ਟਾਈਮ ਤੇ ਜਦੋਂ ਸਾਡਾ ਕੈਫੇ ਬੰਦ ਹੋਇਆ ਹੈਗਾ, ਇਸ ਤੋਂ ਬਾਅਦ ਮਤਲਬ ਜਦੋਂ ਲੌਸ ਹੋਇਆ ਘੱਟੋ ਘੱਟ 15-16 ਲੱਖ ਥੱਲੇ ਅਸੀਂ ਜਦੋਂ ਨੀਚੇ ਆਏ ਹੈਗੇ, ਫਿਰ ਇਸ ਤੋਂ ਬਾਅਦ ਮਤਲਬ ਮੇਰੇ ਹਸਬੈਂਡ ਔਰ ਮੈਨੇ ਦੋਨਾਂ ਨੇ ਅਸੀਂ ਸੋਚਿਆ ਕਿ ਵੀ ਚਲੋ ਕੁਛ ਨਾ ਕਰਨ ਨਾਲੋਂ ਬਿਹਤਰ ਹੈਗਾ ਕਿ ਆਪਾਂ ਗੋਲ ਗੱਪਿਆਂ ਦੀ ਇੱਕ ਕਾਰਡ ਸ਼ੁਰੂ ਕਰਦੇ ਹੈਗੇ। ਚਲੋ ਮਤਲਬ ਹੌਲੀ ਹੌਲੀ ਥੋੜਾ ਰਿਸਪੌਂਸ ਵਧੀਆ ਆਉਂਦਾ ਗਿਆ ਹੈਗਾ, ਇਸ ਕਰਕੇ ਬਸ ਥੋੜਾ ਜਿਹਾ ਉੱਪਰ ਉੱਠੇ ਆ ਹੁਣ, ਮਤਲਬ ਠੀਕ ਹੈ, ਵਧੀਆ ਹੈਗਾ, ਰੋਟੀ ਖਾ ਰਹੇ ਹਾਂ ਜੀ ਇਸ ਟਾਈਮ। ਸਰ, ਰੈਸਟੋਰੈਂਟ ਤੇ ਵੀ ਤੁਸੀਂ ਇਕੱਠੇ ਕੰਮ ਕਰਦੇ ਸੀਗੇ ਜੀ? ਹਾਂਜੀ, ਰੈਸਟੋਰੈਂਟ ਤੇ ਵੀ ਦੋਨੋਂ ਇਕੱਠੇ ਕੰਮ ਕਰਦੇ ਸੀਗੇ, ਔਰ ਇਸ ਟਾਈਮ ਮਤਲਬ ਮੇਰੇ ਹਸਬੈਂਡ ਦਾ ਮਤਲਬ ਸਭ ਤੋਂ ਜ਼ਿਆਦਾ ਸੰਯੋਗ ਮੇਰੇ ਹਸਬੈਂਡ ਦਾ ਹੈ, ਕਿਉਂਕਿ ਮਤਲਬ ਬਾਹਰ ਖੜਨ ਵਾਸਤੇ ਕਿਸੇ ਦਾ ਮਤਲਬ ਅੱਜ ਤੱਕ ਕੋਈ ਇੰਨਾ ਸਾਥ ਨਹੀਂ ਦਿੰਦਾ ਜਿੰਨਾ ਮੇਰੇ ਹਸਬੈਂਡ ਸਾਥ ਦੇ ਰਹੇ ਇਸ ਟਾਈਮ। ਅੱਛਾ, ਜਿਵੇਂ ਹੁਣ ਤੁਸੀਂ ਗੋਲ ਗੱਪੇ ਦੇਖੋ, ਕਸਟਮਰ ਆਉਂਦਾ ਹੈਗਾ, ਲੇਡੀਜ਼ ਕਸਟਮਰ ਵੀ ਆਉਂਦਾ ਹੈਗਾ, ਜੈਂਟਸ ਕਸਟਮਰ ਵੀ ਆਉਂਦਾ, ਕਿਸ ਤਰ੍ਹਾਂ ਦਾ ਲੱਗਦਾ? ਪਹਿਲਾਂ ਮਤਲਬ ਜਿਸ ਦਿਨ ਮੈਂ ਫਸਟ ਦਿਨ ਖੜੀ ਸੀ ਉਸ ਦਿਨ ਮੈਨੂੰ ਬਹੁਤ ਮਤਲਬ ਔਖਾ ਲੱਗ ਰਿਹਾ ਸੀ ਵੀ ਮੈਂ ਕਿੱਦਾਂ ਅਟੈਂਡ ਕਰੂੰਗੀ ਕਸਟਮਰ ਨਾਲ, ਕਿੱਦਾਂ ਮਤਲਬ ਮੈਂ ਉਹਨਾਂ ਨੂੰ ਫੇਸ ਕਰੂੰਗੀ। ਹੁਣ ਮਤਲਬ ਥੋੜਾ ਜਿੱਦਾਂ ਐਕਸਪੀਰੀਅੰਸ ਆ ਰਿਹਾ ਹੈਗਾ ਬਹੁਤ ਵਧੀਆ ਹੈਗਾ, ਮਤਲਬ ਸਾਰੇ ਬਹੁਤ ਮਾਣ ਬਖਸ਼ਦੇ ਹੈ। ਜਿਵੇਂ ਅਸੀਂ ਲੋਕਾਂ ਨਾਲ ਵੀ ਗੱਲ ਕੀਤੀ, ਦੇਖੋ ਇੱਥੇ ਜਿਹੜੇ ਕਸਟਮਰ ਆਉਂਦੇ ਆ, ਤੁਹਾਡੇ ਵੀ ਬਹੁਤ ਵਧੀਆ, ਤੁਹਾਡੀ ਸਫਾਈ ਹੈ, ਅਸੀਂ ਗਲਵਜ਼ ਵੀ ਪਾ ਕੇ ਮਤਲਬ ਕਿ ਜਿਹੜਾ ਵੀ ਸਰਵ ਕਰਦੇ ਹੈਗੇ ਉਹ ਕਾਫੀ ਉਹਨਾਂ ਨੂੰ ਵਧੀਆ ਲੱਗਿਆ। ਕਈ ਲੋਕ ਕਹਿੰਦੇ ਵੀ ਸਫਾਈ ਕਰਕੇ ਹੀ ਅਸੀਂ ਇੱਥੇ ਗੋਲ ਗੱਪੇ ਇਹਨਾਂ ਦੇ ਖਾਣਾ ਲਿਆ, ਵੀ ਟੇਸਟ ਵੀ ਬਹੁਤ ਹੈ ਇਹਨਾਂ ਦੇ ਗੋਲ ਗੱਪੇ ਦਾ, ਕੀ ਕਹਿਣਾ ਚਾਹੋ? ਸਰ, ਮੇਨ ਚੀਜ਼ ਮਤਲਬ ਇਹੀ ਸੀਗਾ ਜਿਵੇਂ ਹੁਣ ਆਪਣੇ ਪਰਦੇਸੀ ਹੈ ਕਹਿ ਲਓ ਹਨਾ, ਉਹ ਮਤਲਬ ਜ਼ਿਆਦਾਤਰ ਆਪਣੇ ਲੋਕ ਪੰਜਾਬੀ ਉਹਨਾਂ ਕੋਲੇ ਜਾਣਾ ਵਿਜ਼ਿਟ ਕਰਦੇ ਹੈਗੇ, ਔਰ ਮੈਂ ਇਹੀ ਚੀਜ਼ ਸੋਚ ਰਹੀ ਸੀਗੀ ਵੀ ਮਤਲਬ ਕਾਫੀ ਜਗ੍ਹਾ ਤੇ ਮੈਂ ਜਾ ਕੇ ਦੇਖਿਆ ਵੀ ਮੈਨੂੰ ਵਧੀਆ ਮਤਲਬ ਸਾਨੂੰ ਵਧੀਆ ਨਹੀਂ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਗੰਦਗੀ ਮਹਿਸੂਸ ਹੋ ਰਹੀ ਸੀਗੀ, ਕੁਛ ਵਧੀਆ ਖਵਾਉਣ ਵਾਸਤੇ ਮਤਲਬ ਕੁਛ ਸਟੈਪ ਚੁੱਕਿਆ ਜੀ। ਅੱਜ ਕੱਲ ਇੰਨੀ ਮਹਿੰਗਾਈ ਦਾ ਦੌਰ ਚੱਲ ਰਿਹਾ, ਜੇ ਗੱਲ ਕਰੀਏ ਕਹਿੰਦੇ ਸਿਆਣੇ ਕਹਿੰਦੇ ਅੱਜ ਦੀ ਮਹਿੰਗਾਈ ਚ ਵੀ ਕਿ ਜੈਂਟਸ ਅਤੇ ਲੇਡੀਜ਼ ਦੋਨੋਂ ਕੰਮ ਨਾ ਕਰਨ ਤਾਂ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ, ਕੀ ਕਹਿਣਾ ਚਾਹੋਗੇ? ਇਹ ਤਾਂ ਬਿਲਕੁਲ ਸੱਚਾਈ ਹੈ ਜੀ ਅੱਜ ਕੱਲ ਦੁਨੀਆ ਦੀ, ਕਿਉਂਕਿ ਜੇ ਹਸਬੈਂਡ ਵਾਈਫ ਦੋਨੋਂ ਮਤਲਬ ਪਰਿਵਾਰ ਦੇ ਸਾਰੇ ਮੈਂਬਰ ਰਲ ਕੇ ਕੰਮ ਕਰਨਗੇ ਨਾ, ਫੇਰ ਹੀ ਗੁਜ਼ਾਰਾ ਹੋਊਗਾ ਅੱਜ ਦੇ ਟਾਈਮ ਵਿੱਚ ਜੀ। ਇਹੀ ਹੈ ਜੀ, ਮਤਲਬ ਜੇ ਰੋਟੀ ਖਾਣੀ ਆ ਇੱਕ ਬੰਦੇ ਤੇ ਡਿਪੈਂਡ ਨਹੀਂ ਹੋ ਸਕਦੀ ਆਪਾਂ ਦੀ। ਅੱਛਾ, ਲਾਸਟ ਤੇ ਬਠਿੰਡਾ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਬਠਿੰਡਾ ਨਿਵਾਸੀਆਂ ਨੂੰ ਬਸ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਇੱਕ ਵਾਰੀ ਜ਼ਰੂਰ ਮੇਰੇ ਕੋਲ ਵਿਜ਼ਿਟ ਕਰਨ, ਤੇ ਮੈਂ ਚਾਹੁੰਦੀ ਹਾਂ ਕਿ ਇੱਕ ਵਾਰੀ ਉਹਨਾਂ ਕੋਲੇ ਮੇਰਾ ਟੇਸਟ ਜਿਹੜਾ ਵੀ ਮੈਂ ਪੇਸ਼ ਕਰ ਰਹੀ ਹਾਂ ਵੀ ਮਤਲਬ ਉਹ ਇੱਕ ਵਾਰੀ ਉਹਨਾਂ ਦੇ ਮੂੰਹ ਤੱਕ ਜ਼ਰੂਰ ਜਾਵੇ। ਕੁਛ ਕਸਟਮਰ ਇੱਥੇ ਰੇਡੀ ਤੇ ਆਇਆ ਜਿਨ੍ਹਾਂ ਨੇ ਗੋਲ ਗੱਪੇ ਖਾਦੇ ਹੈਗੇ ਆ,
ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਕਿਰਨ ਸ਼ਰਮਾ ਸਰ। ਕਿਰਨ ਜੀ, ਜੇ ਗੱਲ ਕਰੀਏ ਤੁਸੀਂ ਗੋਲ ਗੱਪੇ ਖਾਦੇ ਹੈਗੇ ਆ, ਲੇਡੀਜ਼ ਦੇਖੋ ਆਪਾਂ ਫਸਟ ਟਾਈਮ ਅਸੀਂ ਦੇਖ ਰਹੇ ਹਾਂ ਇੱਕ ਲੇਡੀਜ਼ ਗੋਲ ਗੱਪਿਆਂ ਦੀ ਰੇਡੀ ਤੇ ਗੋਲ ਗੱਪੇ ਵੇਚ ਰਹੀ ਹੈ, ਤੁਸੀਂ ਇੱਥੇ ਖਾਣ ਆਏ ਹੋ, ਕਿਸ ਤਰ੍ਹਾਂ ਦਾ ਟੇਸਟ ਲੱਗਿਆ? ਟੇਸਟ ਇਹ ਬਹੁਤ ਵਧੀਆ ਹੁੰਦਾ, ਇੱਕ ਮੈਨੂੰ ਅੱਛਾ ਪ੍ਰਾਊਡ ਫੀਲ ਹੁੰਦਾ ਵੀ ਲੇਡੀਜ਼ ਕਿਸੇ ਚੀਜ਼ 'ਚ ਘੱਟ ਨਹੀਂ ਹੈਗੀ, ਵੀ ਗੋਲ ਗੱਪਿਆਂ ਤੇ ਖੁਦ ਸਰਵਿਸ ਦਿੰਦੇ ਆ, ਬਹੁਤ ਅੱਛਾ ਲੱਗਦਾ। ਇੱਕ ਗੁੜੀਆਂ ਨੂੰ ਇਹਨਾਂ ਦੇ ਟੇਸਟੀ ਲੱਗਦੇ ਆ, ਮਿੱਠਾ ਪਾਣੀ ਵਗੈਰਾ ਗੁੜੀਆਂ ਮੇਰੀ ਖਾਂਦੀਆਂ। ਹੈਲੋ ਬੋਲ। ਹਾਂਜੀ ਬੇਟੇ, ਕਿਸ ਤਰ੍ਹਾਂ ਲੱਗੇ ਗੋਲ ਗੱਪੇ? ਅੱਛਾ, ਬਠਿੰਡਾ ਦੇ, ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਜਿਵੇਂ ਇੱਕ ਲੇਡੀਜ਼ ਕੰਮ ਕਰ ਰਹੀ ਹੈ, ਗੋਲ ਗੱਪੇ ਵੇਚ ਰਹੀ ਹੈਗੀ ਹੈ, ਕੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ? ਸਰ, ਇਹੀ ਕਹਿਣਾ ਚਾਹੁੰਦੇ ਹਾਂ ਵੀ ਲੇਡੀਜ਼ ਘਰ ਤੱਕ ਹੀ ਨਹੀਂ ਸੀਮਤ ਹੈਗੀ ਆ, ਬਾਹਰ ਲੇਡੀਜ਼ ਨੂੰ ਅੱਗੇ ਵਧਣਾ ਚਾਹੀਦਾ। ਜੇ ਅੱਗੇ ਲੇਡੀਜ਼ ਅੱਗੇ ਹੋ ਕੇ ਕੰਮ ਕਰਦੀਆਂ ਨਾ, ਤਾਂ ਬਹੁਤ ਵੀ ਫੈਮਿਲੀ ਲਈ ਵੀ ਪ੍ਰਾਊਡ ਆ, ਸਾਡੇ ਬਠਿੰਡਾ ਵਾਸੀਆਂ ਨੂੰ ਵੀ ਪ੍ਰਾਊਡ ਫੀਲ ਕਰਨਾ ਚਾਹੀਦਾ ਵੀ ਲੇਡੀਜ਼ ਕਿਸੇ ਚੀਜ਼ ਵਿੱਚ ਘੱਟ ਨਹੀਂ ਹੈਗੀ। ਇਹਨਾਂ ਦੇ ਹੌਸਲਾ ਅਫਜ਼ਾਈ ਲਈ ਲੋਕਾਂ ਨੂੰ ਅਪੀਲ ਕਰੋਗੇ ਵੀ ਇੱਥੋਂ ਗੋਲ ਗੱਪੇ ਖਾ ਕੇ ਜਾਣ? ਹਾਂਜੀ ਹਾਂਜੀ, ਜ਼ਰੂਰ ਮੈਮ ਕੋਲ ਆਉਣ, ਇਹਨਾਂ ਦਾ ਨੇਚਰ ਵੀ ਬਹੁਤ ਅੱਛਾ ਗਾ, ਬਾਕੀ ਦੇਖਣ ਨੂੰ ਗੋਲ ਗੱਪੇ ਦੇ ਨਾਲ ਨਾਲ ਆਪਣੇ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਲੇਡੀਜ਼ ਹੋ ਕੇ ਕਿਵੇਂ ਵੀ ਸਰਵਿਸ ਦੇ ਰਹੇ ਨੇ, ਬਹੁਤ ਅੱਛੀ ਸਰਵਿਸ ਦੇ ਰਹੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਗੋਲ ਗੱਪੇ ਖਾਦੇ ਹੈਗੇ ਤੁਸੀਂ ਰੇਹੜੀ ਤੋਂ, ਲੇਡੀਜ਼ ਗੋਲ ਗੱਪੇ ਵੇਚ ਰਹੀ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ। ਇਹਨਾਂ ਕੋਲ ਮੈਂ ਆਉਣੀ ਤਾਂ ਕਿਉਂਕਿ ਇਹ ਗਲਵਜ਼ ਪਾ ਕੇ ਕੰਮ ਕਰਦੇ ਆ, ਮੈਂ ਕਦੇ ਗੋਲ ਗੱਪੇ ਨਹੀਂ ਖਾਦੇ ਸੀ ਕਿਉਂਕਿ ਇਹਨਾਂ ਨੇ ਫਸਟ ਟਾਈਮ ਇਹ ਗਲਵਜ਼ ਪਾ ਕੇ ਕੰਮ ਕਰਦੇ ਆ, ਮੈਂ ਤਾਂ ਹੀ ਇੱਥੇ ਗੋਲ ਗੱਪੇ ਖਾਣ ਆਉਣੀ ਆ, ਵਰਨਾ ਮੈਂ ਕਦੇ ਕਿਤੋਂ ਨਹੀਂ ਗੋਲ ਗੱਪੇ ਖਾਦੇ, ਕਿਤੋਂ ਵੀ ਨਹੀਂ। ਇੱਕ ਲੇਡੀਜ਼ ਗੋਲ ਗੱਪਿਆਂ ਦੀ ਇੱਕ ਰੇਹੜੀ ਲਗਾਈ ਹੋਈ ਹੈ, ਸਾਫ਼ ਸੁਥਰੀ ਰੇਹੜੀ ਹੈ, ਸਾਫ਼ ਸੁਥਰਾ ਸਮਾਨ ਹੈ, ਕੀ ਕਹਿਣਾ ਚਾਹੋ? ਬਹੁਤ ਵਧੀਆ ਜੀ, ਇਹਨਾਂ ਦੇ ਗੋਲ ਗੱਪਿਆਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਗਾ, ਬਹੁਤ ਜ਼ਿਆਦਾ ਵਧੀਆ। ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਦੀ ਹੌਸਲਾ ਅਫਜ਼ਾਈ ਲਈ? ਇਹਨਾਂ ਦੀ ਹੌਸਲਾ ਅਫਜ਼ਾਈ ਇਹ ਵੀ ਵੱਧ ਤੋਂ ਵੱਧ ਇੱਥੇ ਆਓ, ਇੱਥੇ ਗੋਲ ਗੱਪੇ ਖਾਓ, ਸਾਫ਼ ਸੁਥਰਾ ਕੰਮ ਆ ਸਾਰਾ, ਮਤਲਬ ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਰਣਜੀਤ ਸਿੰਘ। ਰਣਜੀਤ ਜੀ, ਤੁਸੀਂ ਗੋਲ ਗੱਪੇ ਪੈਕ ਕਰਾ ਕੇ ਲੈ ਕੇ ਜਾ ਰਹੇ ਹੋ ਘਰ 'ਚ, ਕੀ ਕਹਿਣਾ ਚਾਹੋਗੇ? ਜੀ, ਅੱਜ ਨਹੀਂ, ਅਸੀਂ ਜਦੋਂ ਵੀ ਲੰਘਦੇ ਲਗਭਗ ਇਹਨਾਂ ਤੋਂ ਲੈ ਕੇ ਜਾਂਦੇ ਹਾਂ, ਕਿਉਂਕਿ ਕਾਰਨ ਕੀ ਹੈ ਵੀ ਇੱਕ ਤਾਂ ਲੇਡੀਜ਼ ਨੇ ਹੈ ਨਾ, ਵੀ ਇਸ ਕਰਕੇ ਵੀ ਚਲੋ ਆਪਣਾ ਸੈਲਫ ਖੁਦ ਆਪਦਾ ਇੱਕ ਬਹੁਤ ਛੋਟਾ ਬਿਜ਼ਨਸ ਚਲਾ ਰਹੇ ਨੇ, ਜੋ ਕਿ ਇੱਕ ਬਹੁਤ ਵਧੀਆ ਆਮ ਲੇਡੀਜ਼ ਦਾ ਵੀ ਮੈਸੇਜ ਹੈ। ਦੂਸਰਾ ਇਹ ਹੈ ਵੀ ਇਹਨਾਂ ਦਾ ਜੋ ਸਾਫ਼ ਸਫਾਈ ਹੈ ਅਤੇ ਇੱਕ ਟੈਸਟ ਆ, ਬਹੁਤ ਵਧੀਆ ਜੀ। ਅੱਛਾ, ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਦੀ ਹੌਸਲਾ ਅਫਜ਼ਾਈ ਲਈ? ਬਠਿੰਡੇ ਲੋਕਾਂ ਨੂੰ ਇਹੀ ਚਾਹਵਾਂਗੇ ਵੀ ਜਦੋਂ ਵੀ ਕੋਈ ਇਸ ਰੂਟ ਤੇ ਆਉਂਦਾ ਜੀ ਹਨਾ, ਤਾਂ ਥੋੜਾ ਬਹੁਤਾ ਹੌਸਲਾ ਵਜਾ ਲਈ, ਕਿਉਂਕਿ ਕੋਈ ਜ਼ਿਆਦਾ ਵੱਡਾ ਨਹੀਂ ਹੈ, ਕੋਈ 10-20 ਰੁਪਏ ਦੇ ਹਰ ਬੰਦੇ ਨੂੰ ਇੱਥੋਂ ਲੰਘਦੇ ਖਾ ਕੇ ਜਾਣੇ ਚਾਹੀਦੇ। ਅੱਛਾ, ਇੱਕ ਲੇਡੀਜ਼ ਪਹਿਲੀ ਵਾਰ ਆਪਾਂ ਦੇਖਿਆ ਇੱਕ ਗੋਲ ਗੱਪਿਆਂ ਦਾ ਕੰਮ ਕਰ ਰਹੀ ਹੈ, ਇੱਕ ਰੇਹੜੀ ਲਗਾਈ ਹੋਈ ਹੈ, ਸਾਫ਼ ਸੁਥਰਾ ਕੰਮ ਕਰ ਰਹੀ ਹੈਗੀ ਹੈ, ਕੀ ਕਹਿਣਾ ਚਾਹੋਗੇ? ਆਪਾਂ ਇਹੀ ਕਹਿਣਾ ਵੀ ਹਰ ਕੋਈ ਬੰਦਾ ਸੈਲਫ ਡਿਪੈਂਡੈਂਟ ਹੋਵੇ ਹੈ ਨਾ, ਹਰ ਲੇਡੀਜ਼ ਲਈ ਵੀ ਆਪਾਂ ਇਹੀ ਮੈਸੇਜ ਦਿੰਦੇ ਹਾਂ ਵੀ ਹਰ ਕੋਈ ਸੈਲਫ ਡਿਪੈਂਡੈਂਟ ਹੋਵੇ, ਕਿਉਂਕਿ ਆਪਾਂ ਕਹਿੰਦੇ ਅੱਜ ਕੱਲ੍ਹ ਕੋਈ ਔਰਤ ਕੋਈ ਮਰਦ ਨਹੀਂ, ਸਭ ਬਰਾਬਰ ਨੇ, ਇਸ ਕਰਕੇ ਕੀ ਹੈ ਫੇਰ ਹੀ ਹੋ ਸਕਦਾ ਜੇ ਆਪਾਂ ਵੱਧ ਤੋਂ ਵੱਧ ਜੇ ਕੋਈ ਲੇਡੀਜ਼ ਕੰਮ ਕਰਦੀ ਹੈ ਕਿਤੇ ਵੀ ਕਰਦੇ, ਉਹਨਾਂ ਨੂੰ ਵੱਧ ਤੋਂ ਵੱਧ ਆਪਾਂ ਸਪੋਰਟ ਕਰੀਏ। ਜਿਵੇਂ ਆਪਾਂ ਗੱਲ ਕਰੀਏ ਆਪਣੇ ਲੋਕ ਜਿਹੜੇ ਖਾਸ ਕਰਕੇ ਪੰਜਾਬ ਦੇ ਫੋਰਨ ਜਾਂਦੇ ਹੈਗੇ ਆ, ਉੱਥੇ ਦੇਖੋ ਕਿਸ ਕਿਸ ਤਰ੍ਹਾਂ ਦੇ ਕੰਮ ਕਰਦੇ ਆ, ਉੱਥੇ ਸ਼ਰਮ ਮਹਿਸੂਸ ਨਹੀਂ ਕਰਦੇ, ਪਰ ਪੰਜਾਬ 'ਚ ਆ ਕੇ ਸ਼ਰਮ ਮਹਿਸੂਸ ਕਰਦੇ ਆ, ਕੀ ਕਹਿਣਾ ਚਾਹੋਗੇ? ਜੀ ਦੇਖੋ, ਇਹ ਹੀ ਆ, ਦੇਖੋ ਜਦੋਂ ਆਪਾਂ ਹੁਣ ਸਾਰੇ ਲੋਕ ਜਾਂਦੇ ਆ ਫੋਰਨ ਜਾਂਦੇ ਆ NRI ਨੇ, ਉੱਥੇ ਜਾ ਕੇ ਉਹ ਸੇਮ ਇਹੀ ਕੰਮ ਕਰਦੇ ਆ, ਇਦੋਂ ਵੀ ਜ਼ਿਆਦਾ ਕਹਿ ਲਓ ਵੀ ਇਦੋਂ ਵੀ ਲੋਅ ਕੁਆਲਿਟੀ ਦੇ ਕੰਮ ਹੁੰਦੇ ਆ। ਇਹ ਤਾਂ ਬਹੁਤ ਵਧੀਆ ਇੱਕ ਸ਼ਾਰਟ, ਇਹ ਵੀ ਆ ਵੀ ਜੇ ਕੋਈ ਬੱਚਾ ਨਾਲ ਸਟੱਡੀ ਵਗੈਰਾ ਕਰਦਾ ਗਾ ਆਪਣੀ ਹਾਇਰ ਐਜੂਕੇਸ਼ਨ ਆ, ਤੇ ਸ਼ਾਮ ਟਾਈਮ ਮੈਂ 2-3 ਘੰਟਿਆਂ ਦਾ ਕੰਮ ਕਰ ਸਕਦਾ, ਬਹੁਤ ਵਧੀਆ ਕੰਮ ਹੈ ਨਾਲ ਸਾਈਡ ਬਿਜ਼ਨਸ ਹੈ। ਸਤਿ ਗੱਲ ਆਂਟੀ ਜੀ। ਨਮਸਤੇ ਬੇਟਾ, ਗੋਲ ਗੱਪੇ ਬਹੁਤ ਵਧੀਆ ਲੱਗੇ, ਲੇਡੀਜ਼ ਖਿਲਾ ਰਹੀ ਹੈ, ਹਮੇ ਸ਼ਰਮ ਵੀ ਨਹੀਂ ਲੱਗ ਰਹੀ ਹੈ, ਬਹੁਤ ਅੱਛਾ ਲੱਗ ਰਿਹਾ, ਮਜ਼ੇ ਸੇ ਖਿਲਾ ਰਹੀ ਹੈ, ਜੈਸਾ ਹਮ ਕਹਿ ਰਹੇ ਹੈ ਨਾ, ਨਮਕ ਮਿਰਚ ਜਾਂ ਮਿੱਠਾ, ਉਹੀ ਹਮੇ ਦੇ ਰਹੀ ਹੈ ਖਾਣੇ, ਆਰਾਮ ਸੇ ਖਿਲਾ ਰਹੀ ਹੈ। ਅੱਛਾ, ਬਠਿੰਡਾ ਦੇ ਲੋਕਾਂ ਨੂੰ ਦੇਖੋ, ਇੱਕ ਲੇਡੀਜ਼ ਗੋਲ ਗੱਪਿਆਂ ਦੀ ਰੇਹੜੀ ਤੇ ਖੜੀ ਹੈ ਤੇ ਆਪਣਾ ਕਾਰੋਬਾਰ ਚਲਾ ਰਹੇ ਹੈਗੇ ਆ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਇਹਨਾਂ ਦਾ ਹੌਸਲਾ ਵਧਾਇਆ ਜਾਵੇ? ਹਮੇ ਇਨਕੇ ਸਭੀ ਕੋ ਨਾ ਮਤਲਬ ਖਾਣੇ ਆਉਣਾ ਚਾਹੀਏ, ਹਮੇ ਵੀ ਫੇਸਬੁੱਕ ਪੇ ਦੇਖਾ ਤਭੀ ਹਮ ਆਏ ਹੈ,
ਹਮੇ ਮਤਲਬ ਮਜ਼ਾ ਆਇਆ ਵੀ ਸਾਫ ਸੁਥਰੀ ਰੇੜੀ, ਸਾਫ ਸੁਥਰਾ ਪਾਣੀ, ਸਾਫ ਸੁਥਰਾ ਖਿਲਾਣੇ ਕਾ ਤਰੀਕਾ, ਇੱਕ ਪਿਆਰ ਸੇ ਅੱਛੇ ਸੇ ਖਿਲਾਰੀ ਹੈ, ਕਹਿਣੇ ਸੇ ਇਹ ਵੀ ਇੱਕ ਸਭ ਸੇ ਬੜੀ ਬਾਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਰਤਨਜੀਤ। ਰਤਨਜੀ ਜੀ, ਤੁਸੀਂ ਇੱਥੇ ਗੋਲ ਗੱਪੇ ਖਾਣ ਆਏ ਹੋ, ਇੱਕ ਲੇਡੀਜ਼ ਨੇ ਇੱਕ ਸਟਾਲ ਲਾਈ ਹੋਈ ਹੈਗੀ ਆ ਗੋਲ ਗੱਪਿਆਂ ਦੀ, ਕੀ ਕਹਿਣਾ ਚਾਹੋਗੇ? ਅਸੀਂ ਤੇ ਸਭ ਨੂੰ ਇਹੀ ਸੁਨੇਹਾ ਦੇਵਾਂਗੇ ਕਿ ਇੱਥੇ ਸਾਰੇ ਗੋਲ ਗੱਪੇ ਖਾਣਾ ਆਣ, ਬਹੁਤ ਵਧੀਆ ਗੋਲ ਗੱਪੇ ਆ, ਅੱਛਾ ਮਟੀਰੀਅਲ ਡਾਲਦੇ ਆ, ਸਾਫ ਸੁਥਰੀ ਰੇੜੀ ਹੈ, ਸਾਰੇ ਜਾਣੇ ਆਉਣ, ਇਹਨਾਂ ਦਾ ਹੌਸਲਾ ਵਧੇ ਔਰ ਹੋਰ ਵੇਖ ਕੇ ਵੀ ਕੰਮ ਕਰਨ, ਸਭ ਤੋਂ ਅੱਛਾ ਗੱਲ ਹੈ। ਟੇਸਟ ਕਿਸ ਤਰ੍ਹਾਂ ਦਾ ਲੱਗਿਆ? ਬਹੁਤ ਵਧੀਆ ਟੇਸਟ ਲੱਗਾ ਜੀ, ਬਹੁਤ ਵਧੀਆ ਟੇਸਟੀ ਹੈ, ਸਭ ਨੂੰ ਖਾਣੇ ਚਾਹੀਦੇ। ਇੱਥੇ ਫੈਮਿਲੀ ਗੋਲ ਗੱਪੇ ਖਾਣ ਪਹੁੰਚੀ ਹੈ, ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ, ਗੋਲ ਗੱਪੇ ਖਾਣ ਆਏ ਹੋ, ਫਸਟ ਟਾਈਮ ਅਸੀਂ ਤਾਂ ਲੇਡੀਜ਼ ਦੇਖੀ ਹੈ ਵੀ ਗੋਲ ਗੱਪੇ ਦੀ ਉਹਨਾਂ ਨੇ ਰੇੜੀ ਲਾਈ ਹੈ, ਵੇਚ ਰਹੇ ਆ ਗੋਲ ਗੱਪੇ, ਕਿਸ ਤਰ੍ਹਾਂ ਦਾ ਤੁਹਾਨੂੰ ਉਹਨਾਂ ਦਾ ਟੇਸਟ ਲੱਗਿਆ ਗੋਲ ਗੱਪੇ? ਸਫਾਈ ਬਹੁਤ ਵਧੀਆ ਜੀ, ਤੇ ਨੇਚਰ ਬਹੁਤ ਵਧੀਆ, ਖਵਾਉਣ ਦਾ ਤਰੀਕਾ ਬਹੁਤ ਵਧੀਆ ਜੀ, ਤੇ ਵੈਸੇ ਤਾਂ ਹਸਬੈਂਡ ਵੀ ਕੰਮ ਬਹੁਤ ਵਧੀਆ ਕਰਿਆ ਕਰਦੇ ਨੇ ਜੀ, ਤੇ ਟੇਸਟ ਬਸ ਪਾਣੀ ਦਾ, ਦੋਨੇ ਤਿੰਨ ਪਾਣੀ ਬਹੁਤ ਵਧੀਆ ਜੀ, ਮੇਨ ਕੰਮ ਸਫਾਈ ਦਾ ਜੀ, ਤੇ ਬੱਚੇ ਜ਼ਿਆਦਾਤਰ ਅਸੀਂ ਇੱਥੋਂ ਲੰਘਦੇ ਟੱਪਦੇ ਖਾਂਦੇ ਨੇ, ਤੇ ਬਹੁਤ ਅੱਛਾ ਲੱਗਦਾ ਜੀ, ਬਹੁਤ ਵਧੀਆ ਜੀ। ਅੱਛਾ, ਕਿੰਨੇ ਟਾਈਮ ਤੋਂ ਆ ਰਹੇ ਹੋ ਤੁਸੀਂ ਇੱਥੇ? ਅਸੀਂ 2-2.5 ਮਹੀਨੇ ਤੋਂ ਆ ਰਹੇ ਜੀ, ਪਿਛਲੇ ਤੋਂ ਕੁਛ ਪਿੰਡ ਤੋਂ ਆਉਂਦੇ ਸੀ, ਅਤੇ ਸਾਡੀ ਰਿਹਾਇਸ਼ ਇੱਧਰ ਹੈਗੀ, ਅਤੇ ਜਦੋਂ ਵੀ ਆਉਣਾ ਬੱਚੇ ਉੱਥੇ ਜਿੱਦ ਕਰਦੇ ਆ, ਕਹਿੰਦੇ ਵੀ ਸਫਾਈ ਵਧੀਆ ਇਹਨਾਂ ਦੀ, ਮੈਡਮ ਦੀ ਬੋਲ ਚਾਲ, ਬੱਚਿਆਂ ਨਾਲ ਵਰਤਾਉਣ ਦਾ ਤਰੀਕਾ ਵੀ, ਤੇ ਪਾਣੀ ਟੇਸਟ ਗੋਲ ਗੱਪਾ ਬਹੁਤ ਵਧੀਆ ਜੀ। ਅੱਛਾ, ਬਠਿੰਡਾ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਦੀ ਹੌਸਲਾ ਬਜਾਈ ਲਈ? ਮੈਂ ਤਾਂ ਇਹੀ ਕਹਾਂਗਾ ਵੀ ਜਦੋਂ ਵੀ ਜ਼ਰੂਰ ਟਾਈਮ ਲੱਗੇ ਕਿਸੇ ਨੇ ਖਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਨੂੰ ਖਾ ਕੇ ਜਾਓ, ਟੇਸਟ ਦੇਖੋ, ਚੈੱਕ ਕਰੋ, ਸਫਾਈ ਦੇਖੋ, ਮੇਨ ਕੰਮ ਤਾਂ, ਤੇ ਬਹੁਤ ਵਧੀਆ ਲੱਗਦਾ ਮਤਲਬ ਕਿ ਜੋ ਕਹੋਗਾ, ਅਤੇ ਬਠਿੰਡਾ ਵਾਲੇ ਵਾਸੀਆਂ ਨੂੰ ਮੈਂ ਇਹੀ ਕਹੂੰਗਾ ਜੇ ਖਾਣਾ ਗੋਲ ਗੱਪੇ ਤੇ ਨਾ ਖਾ ਕੇ ਜਾਓ, ਇਹਨਾਂ ਦਾ ਹੌਸਲਾ ਵਜੇਗਾ, ਇਹਨਾਂ ਦਾ ਗਰੀਬ ਦਾ ਭਲਾ ਹੋਊਗਾ। ਬਿਲਕੁਲ ਜੀ ਬਿਲਕੁਲ, ਇਹਨਾਂ ਦੇ ਵਾਈਫ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਮੈਮ, ਗੋਲ ਗੱਪੇ ਖਾਣ ਆਏ ਹੋ, ਇੱਕ ਲੇਡੀਜ਼ ਸਰਵ ਕਰ ਰਹੀ ਹੈ ਗੋਲ ਗੱਪੇ, ਕਿਸ ਤਰ੍ਹਾਂ ਦਾ ਲੱਗ ਰਿਹਾ, ਕੀ ਕਹਿਣਾ ਚਾਹੋਗੇ? ਸਰ, ਬਹੁਤ ਵਧੀਆ ਗੇ, ਬਹੁਤ ਵਧੀਆ ਬਣਾਉਂਦੇ ਹੈਗੇ, ਸਫਾਈ ਬਹੁਤ ਜ਼ਿਆਦਾ, ਬੱਚਿਆਂ ਨੂੰ ਬਹੁਤ ਪਸੰਦ ਹੈਗੇ, ਮੇਰੀ ਗੁੜੀਆ ਇੱਥੇ ਹੀ ਖਾਂਦੀ ਹੈ ਜੀ। ਸਰ, ਅਸੀਂ ਵੀ ਦੇਖੋ ਫਸਟ ਟਾਈਮ ਇੱਕ ਲੇਡੀਜ਼ ਦੇਖੀਏ ਜੋ ਰੇੜੀ ਲਗਾਈ ਹੋਈ ਹੈ ਆਪਣੇ ਹਸਬੈਂਡ ਨਾਲ, ਉਹ ਗੋਲ ਗੱਪੇ ਵੇਚ ਰਹੇ ਹੈਗੇ ਆ, ਕੀ ਕਹਿਣਾ ਚਾਹੋਗੇ ਇਹਨਾਂ ਦੇ ਹੌਸਲਾ ਬਜਾਈ ਲਈ? ਸਰ, ਬਹੁਤ ਵਧੀਆ ਗੇ, ਬਹੁਤ ਵਧੀਆ ਸਫਾਈ ਨਾਲ ਕੰਮ ਕਰਦੇ ਆ, ਵਧੀਆ ਆਪਣੇ ਆਪ ਨੂੰ ਸੰਭਾਲਿਆ ਹੋਇਆ ਇਹਨਾਂ ਨੇ, ਘਰ ਦਾ ਕੰਮ ਵੀ ਕਰਦੇ ਹੋਣੇ ਹੈਗੇ, ਬਾਕੀ ਬਹੁਤ ਵਧੀਆ। ਹਾਂਜੀ, ਲੇਡੀਜ਼ ਲਈ ਵੈਰੀ ਗੁੱਡ, ਬਹੁਤ ਵਧੀਆ। ਜਿਵੇਂ ਜ਼ਿਆਦਾਤਰ ਆਪਾਂ ਦੇਖਦੇ ਹਾਂ ਜੈਂਟਸ ਹੀ ਗੋਲ ਗੱਪਿਆਂ ਦੀ ਰੇੜੀ ਲਗਾਉਂਦੇ ਆ, ਤਾਂ ਫਸਟ ਟਾਈਮ ਦੇਖਿਆ ਇੱਕ ਲੇਡੀਜ਼ ਗੋਲ ਗੱਪੇ ਵੇਚ ਰਹੀ ਹੈ, ਇਸ ਨੂੰ ਕਿਵੇਂ ਦੇਖਦੇ ਹੋ? ਹਾਂਜੀ, ਮੈਨੂੰ ਬਹੁਤ ਵਧੀਆ ਲੱਗਦਾ, ਇਹਨਾਂ ਨੇਚਰ ਵੀ ਬਹੁਤ ਵਧੀਆ ਹੈਗਾ, ਬਹੁਤ ਜ਼ਿਆਦਾ ਵਧੀਆ। ਤੇ ਆਪਣੇ ਬਠਿੰਡੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਦੀ ਹੌਸਲਾ ਬਜਾਈ ਲਈ? ਮੈਂ ਤਾਂ ਆਪ ਇਹੀ ਕਹੂੰਗੀ ਸਰ ਵੀ ਜਿਹੜੇ ਵੀ ਆ ਖਾਂਦੇ ਗੋਲ ਗੱਪੇ, ਵੈਸੇ ਬੱਚੇ ਵੀ ਖਾਂਦੇ, ਇੱਥੇ ਆਉਣ, ਬਹੁਤ ਵਧੀਆ ਬਣਾਉਂਦੇ ਆ, ਬਾਕੀ ਸਫਾਈ ਬਹੁਤ ਜ਼ਿਆਦਾ ਗੇ ਇਹਨਾਂ ਦੀ। ਇਹਨਾਂ ਦੇ ਬੱਚੇ ਵੀ ਮੌਜੂਦ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅੰਕਲ ਜੀ। ਅੱਛਾ, ਗੋਲ ਗੱਪੇ ਖਾਣ ਆਏ ਹੋ, ਕਿਸ ਤਰ੍ਹਾਂ ਦੇ ਲੱਗੇ ਗੋਲ ਗੱਪੇ? ਬਾਰੇ ਵਧੀਆ ਲੱਗੇ। ਅੱਛਾ, ਜ਼ਿਆਦਾਤਰ ਤੁਸੀਂ ਜੈਂਟਸ ਤੋਂ ਖਾਦੇ ਹੋਣਗੇ ਗੋਲ ਗੱਪੇ, ਇੱਕ ਲੇਡੀਜ਼ ਇੱਥੇ ਗੋਲ ਗੱਪੇ ਖਵਾ ਰਹੀ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ? ਵਧੀਆ ਲੱਗ ਰਿਹਾ ਜੀ। ਰੋਜ਼ ਆਉਂਦੇ ਹੋ ਕਿ ਜਦੋਂ ਇੱਥੋਂ ਲੰਘਦੇ ਹੋ ਉਦੋਂ ਆਉਂਦੇ ਹੋ? ਕਦੇ ਕਦੇ ਆਉਂਦੇ, ਜਦੋਂ ਕੰਟੀਨ ਜਾਂਦੇ ਹੋ ਉਦੋਂ ਆਉਂਦੇ ਆ। ਅੱਛਾ ਬੇਟੇ, ਅੱਛਾ ਇੱਧਰ ਆਓ। ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਇੱਥੇ ਗੋਲ ਗੱਪੇ ਖਾਣ ਆਣ? ਮੈਂ ਕਹਿਣਾ ਚਾਹੁੰਦਾ ਉਹ ਸਾਰੇ ਖਾਣ ਆਣ। ਇਹ ਸੀ ਉਹ ਲੇਡੀਜ਼ ਜਿਨ੍ਹਾਂ ਨੇ ਬਠਿੰਡਾ ਚ ਇੱਕ ਗੋਲ ਗੱਪਿਆਂ ਦੀ ਜਿਹੜੀ ਸਟਾਲ ਲਗਾਈ ਅਤੇ ਬਠਿੰਡਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਤੁਸੀਂ ਸਾਡੀ ਸਟਾਲ ਤੇ ਜ਼ਰੂਰ ਆਓ ਅਤੇ ਗੋਲ ਗੱਪਿਆਂ ਦਾ ਜਿਹੜਾ ਟੇਸਟ ਜ਼ਰੂਰ ਕਰੋ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਕੀਵਾਲ, ਟੈਨਿਕਸ ਵੇਲਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ,
एक्स और व्हाट्सएप चैनल पर।